ਸਾਰੇ ਚੋਂ ਇੱਕ ਕਹਿ ਸਕਦੇ ਆ ਕਿ ਇੱਕ ਡਾਕੂ ਹਸੀਨਾ ਤੇ 9 ਮੈਂਬਰ ਇਹਦੇ ਵਿੱਚ ਜਿਹੜੀ ਇਸ ਕੇਸ ਦੇ ਵਿੱਚ ਇੱਕ ਡਾਕੂ ਸੁੰਦਰੀ ਤੇ ਉਹਦੇ ਨਾਲ ਜਿਹਦਾ ਮਨਦੀਪ ਕੌਰ ਨਾਂ ਆਇਆ ਤੇ ਉਹਦੇ ਨਾਲ 9 ਮੈਂਬਰ ਇਹਦੇ ਚ ਮੁੱਖ ਤੌਰ ਤੇ 2 ਸੂਤਰਧਾਰ ਸੀ ਇੱਕ ਮਨਦੀਪ ਕੌਰ ਲੜਕੀ ਇੱਕ ਮਨਜਿੰਦਰ ਮਣੀ ਮਨਜਿੰਦਰ ਮਣੀ ਪਿਛਲੇ 4 ਸਾਲਾਂ ਤੋਂ ਇਸ ਕੰਪਨੀ CMS ਕੰਪਨੀ ਦਾ 4 ਸਾਲ ਤੋਂ ਅਪਲਾਈ ਸੀਗਾ ਇਹਨਾਂ ਨੇ ਜਿਹੜੀ ਲੜਕੀ ਮਨਦੀਪ ਕੌਰ ਹੈ ਜਿਹੜੀ ਉਹਨੇ ਸਭ ਤੋਂ ਪਹਿਲਾਂ ਮਨਜਿੰਦਰ ਮਣੀ ਦੇ ਨਾਲ ਪਲਾਨ ਕੀਤੀ ਇਹਨੂੰ ਮਨਜਿੰਦਰ ਮਣੀ ਨੂੰ ਇਹ ਰਾਹ ਦਿਖਾਇਆ ਕਿ ਇਸ ਢੰਗ ਦਾ ਇੰਨੇ ਪੈਸੇ ਆ ਤੁਸੀਂ ਕਰ ਸਕਦੇ ਹੋ ਫਿਰ ਇਹਨਾਂ ਨੇ ਪਲਾਨ ਕੀਤੀ ਕੁਛ ਮਹੀਨਿਆਂ ਤੋਂ ਇਹ ਪਲਾਨ ਨੂੰ ਵਰਕਆਊਟ ਕਰਦੇ ਆ ਰਹੇ ਸੀ ਜਦੋਂ ਉਸ ਗੱਲ ਦਾ ਉਹਨੂੰ ਕਲੀਅਰ ਹੋ ਗਿਆ ਸਾਰਾ ਕਿ ਇਹ ਕੰਪਨੀ ਦੇ ਵਿੱਚ ਬਿਲਕੁਲ ਜਿਹੜੇ ਨਾਮ ਮਾਲੂਮ ਜਿਹੜੇ ਹੈ ਸੁਰੱਖਿਆ ਇੰਤਜ਼ਾਮ ਹੈ ਜਿਹੜਾ ਕਿਉਂਕਿ 4 ਸਾਲ ਤੋਂ ਜਿਹੜਾ ਉਹਦੇ ਚੋ ਕੈਸ਼ ਲੋਡ ਕਰਦਾ ਆ ਰਿਹਾ ਸੀਗਾ ਕੰਪਨੀ ਦਾ ਉਹਨੂੰ ਪਤਾ ਸੀ ਫਿਰ ਇਹਨਾਂ ਨੇ ਪਲਾਨ ਬਣਾਈ 2 ਮੋਡਿਊਲ ਬਣਾਏ ਇੱਕ ਜਿਹੜਾ 2 ਮੋਟਰਸਾਈਕਲ ਤੇ ਮਨਜਿੰਦਰ ਮਣੀ ਤੇ ਉਹਦੇ ਸਾਥੀ 2 ਮੋਟਰਸਾਈਕਲਾਂ ਤੇ 5 ਜਣੇ ਹੋ ਗਏ ਤੇ ਜਿਹੜੀ ਮਨਦੀਪ ਕੌਰ ਤੇ ਉਹਦੇ ਨਾਲ 4 ਸਾਥੀ ਹੈ ਇੱਕ ਕਾਰ ਜਿਹੜੀ ਹੈ ਉਹਦੇ ਉਸ ਕਾਰ ਦੇ ਵਿੱਚ ਹੋ ਗਏ ਉਹ ਅਲਟੀਮੇਟਲੀ ਜਦੋਂ ਇਹ ਇਨਸੀਡੈਂਟ ਹੋਇਆ ਇਨਸੀਡੈਂਟ ਹੋਣ ਤੋਂ ਬਾਅਦ ਅਸੀਂ ਮੌਕੇ ਤੇ ਪਹੁੰਚੇ ਮੌਕੇ ਤੇ ਪਹੁੰਚਣ ਤੋਂ ਸਾਡੇ ਕੋਲੇ ਕਲਿਊਲੈਸ ਸੀਗੇ ਅਸੀਂ ਸਾਡੇ ਲਈ ਇਹ ਬਲਾਈਂਡ ਕੇਸ ਸੀਗਾ ਇਹ ਕੇਸ ਦੇ ਵਿੱਚ ਜਦੋਂ ਅਸੀਂ ਸਾਰੀ ਡਿਟੇਲ ਚੈੱਕ ਕੀਤੀ ਸਭ ਤੋਂ ਪਹਿਲਾਂ ਜਦੋਂ ਉੱਥੇ ਜਾ ਕੇ ਦੇਖਿਆ ਗਿਆ ਤਾਂ ਕੰਪਨੀ ਦਾ ਜਿਹੜਾ ਅਸੀਂ ਹਾਲ ਦੇਖਿਆ ਗਿਆ ਉਹਦੇ ਵਿੱਚ ਜਿਹੜਾ ਸੈਂਸਰ ਸਿਸਟਮ ਸੀਗਾ ਜਿਹੜਾ ਐਂਟਰੀ ਸਿਸਟਮ ਸੀ ਕਾਰਡ ਤੇ ਥੰਮ ਆਪਰੇਸ਼ਨ ਨਾਲ ਹੁੰਦਾ ਸੀ ਇਹ ਕੈਸ਼ ਹੈ ਜਿਹੜਾ ਕੈਸ਼ ਚੈਸਟ ਦੀ ਬਜਾਏ ਪਿੱਛੇ ਕੈਸ਼ ਚੈਸਟ ਹੈ ਉਹਦੀ ਬਜਾਏ ਕਮਰਿਆਂ ਦੇ ਵਿੱਚ ਰੱਖ ਕੇ ਰਾਤ ਨੂੰ ਕਾਟਰੇਜ ਲੋਡ ਹੁੰਦੇ ਆ ਤੁਸੀਂ ਸਾਰੇ ਹੈਰਾਨ ਹੋਵੋਗੇ ਕਾਟਰੇਜ ਲੋਡ ਕਰ ਲਈ ਜਿਹੜਾ ਏਟੀਐਮ ਦੇ ਵਿੱਚ ਪਾਉਂਦਾ ਉਹਦੇ ਵਿੱਚ 2 ਨੌਜਵਾਨ ਲੜਕੇ ਜਿਹੜੇ ਕਿ 20-20 ਸਾਲ ਦੇ ਆ ਜਿਨ੍ਹਾਂ ਨੂੰ ਕੋਈ ਤਜਰਬਾ ਨਹੀਂ ਪਿਛਲੇ 2-2 3-3 ਮਹੀਨਿਆਂ ਤੋਂ ਰੱਖੇ ਜਾਂਦੇ ਸੀ ਮਿਲਾ ਕੇ ਕਿ ਕੰਪਨੀ ਦੇ CMS ਕੰਪਨੀ ਦੇ ਵਿੱਚ ਟੋਟਲ 5 ਜਾਣੇ ਇੱਕ ਸੁਰੱਖਿਆ ਕਰਮਚਾਰੀ ਐਕਸਟਰਾ 2 ਸਕਿਉਰਟੀ ਗਾਰਡ ਤੇ 2 ਕੈਸ਼ ਕਿੰਨ ਵਾਲੇ ਤੇ ਇਹਦੇ ਵਿੱਚ ਕਰੋੜਾਂ ਰੁਪਇਆ ਉਹਦੇ ਚ ਇਨਵੋਲਵ ਸੀ ਉਸ ਤੋਂ ਬਾਅਦ ਜਦੋਂ ਜਾ ਕੇ ਵਿਜ਼ਿਟ ਕੀਤਾ ਸਭ ਤੋਂ ਪਹਿਲਾਂ ਐਂਟਰੀ ਦੇ ਵਿੱਚ ਇਹ ਪਾਇਆ ਗਿਆ ਕਿ ਜਿੱਥੇ ਐਂਟਰੀ ਸੈਂਸਰ ਲੱਗੇ ਹੋਏ ਆ ਉਹਦੇ ਵਿੱਚ ਜਿਹੜੀ ਆ ਤਾਰ ਉਹਦੇ ਉੱਤੇ ਸੀ ਤਾਰ ਕੱਟ ਕੇ ਐਂਟਰ ਕਰ ਗਏ ਉਸ ਤੋਂ ਇਲਾਵਾ ਜਦੋਂ ਐਂਟਰ ਕਰਨ ਤੋਂ ਬਾਅਦ ਉਹਦੇ ਵਿੱਚ ਕੰਪਨੀ ਦਾ ਇਹੋ ਜਿਹਾ ਹਾਲ ਸੀ ਵੀ ਜੇ ਲਾਈਟ ਆਫ ਹੋ ਜਾਂਦੀ ਹੈ ਸੈਂਸਰ ਆਫ ਹੋ ਜਾਂਦੇ ਆ ਉਹ ਉਹ ਐਂਟਰ ਕਰ ਸਕਦਾ ਇਸ ਤੋਂ ਇਲਾਵਾ ਜਿਹੜਾ ਜਦੋਂ ਆਪਣਾ ਉਹਦੇ ਵਿੱਚ ਜੇ ਕੋਈ ਕਾਰਡ ਕਰੇ ਭੁੱਲਿਆ ਹੁੰਦਾ ਇਹ ਸਵਿਚ ਆਫ ਕਰ ਦਿੰਦੇ ਸੀ ਫਿਰ ਐਂਟਰੀ ਨਾਰਮਲ ਤੇ ਹੋਣਾ ਲਾਈਟ ਚਲੀ ਜਾਵੇ ਜਨਰੇਟਰ ਕਾਰ ਨਾ ਆਵੇ ਲਾਈਟ ਨਾ ਆਵੇ ਐਂਟਰ ਨਹੀਂ ਕਰ ਸਕਦਾ ਹਾਂ ਉਹਦੇ ਵਿੱਚ ਇਹ ਐਂਟਰੀ ਦਾ ਇਵੇਂ ਸਿਸਟਮ ਸੀ ਇਹਨਾਂ ਨੇ ਰਾਤ ਪਲਾਨ ਕਰਕੇ ਕਰੀਬ 1 ਘੰਟੇ ਦੇ ਕਰੀਬ ਪੌਣੇ 1 ਘੰਟੇ ਦਾ ਥੋੜਾ ਘੱਟ ਟਾਈਮ ਇਹਨਾਂ ਨੇ ਇਹ ਲਾਇਆ ਜਿਹੜੀ ਮਨਦੀਪ ਕੌਰ ਲੜਕੀ ਆ ਉਹਦੇ ਵਿੱਚ ਉਹਨੇ ਪੌੜੀ ਜਿਹੜੀ ਆ ਉਹਦੇ ਵਿੱਚ ਉਹਨੂੰ ਉਹ ਕੀਤੀ ਪੌੜੀ ਦਾ ਅਰੇਂਜ ਕੀਤਾ ਫਿਰ ਉਹ ਕਟਰ ਲੈ ਕੇ ਆਏ ਨਾਲ ਫਿਰ ਉਹ ਸੱਪਲ ਲੈ ਕੇ ਆਏ ਵਿਦਆਊਟ ਵੈਪਨ ਜਿਹੜੇ ਇਹਦੇ ਵਿੱਚ ਜਿਹੜਾ ਇਹਨਾਂ ਨੇ ਸ਼ੱਕ ਜ਼ਾਹਰ ਕੀਤਾ ਸੀਗਾ ਵਿਦਆਊਟ ਵੈਪਨ ਇਹਦੇ ਵਿੱਚ ਮੈਂ ਤੁਹਾਡੀ ਉਹ ਪਿਕਚਰ ਤੁਹਾਨੂੰ ਡੀਜ਼ਲ ਦੀ ਗਰੁੱਪ ਦੇ ਵਿੱਚ ਪਾ ਦਾਂਗੇ ਇਹ ਡਾਕੂ ਸੁੰਦਰੀ ਆ ਜਿਹੜੀ ਮਨਦੀਪ ਕੌਰ ਜਿਹੜੀ ਵਾਂਟਡ ਆ ਹਜੇ ਤੱਕ ਸਾਡੇ ਕੋਲੋਂ ਹਜੇ ਨਹੀਂ ਪਕੜੀ ਗਈਗੀ ਜਿਹੜੀ ਇਹ ਮਨਦੀਪ ਕੌਰ ਨਾਂ ਦੀ ਲੜਕੀ ਆ ਜਿਹੜੀ ਇਹ ਇਸ ਕੇਸ ਦੇ ਵਿੱਚ ਇਹ ਤੁਹਾਨੂੰ ਡਿਟੇਲ ਸ਼ੇਅਰ ਕਰ ਲਾਂਗੇ ਇਹਦੀ ਪਿਕਚਰ ਤੁਸੀਂ ਲੈ ਲਿਓ ਜੀ ਇਹ ਸਾਨੂੰ ਇਹਦੇ 'ਚ ਵਾਂਟਡ ਹੈ ਇਹਨਾਂ ਨੇ ਪਿਛਲੇ ਪਾਸੋਂ ਅਸੈਸ ਕੀਤੀ ਬੜੇ ਆਰਾਮ ਦੇ ਨਾਲ ਇਹ ਉਹਦੇ ਵਿੱਚ ਐਂਟਰ ਕਰ ਗਏ ਕੰਧ ਦੇ ਨਾਲ ਐਂਟਰ ਕਰਕੇ ਜਿਹੜਾ ਤੁਸੀਂ ਸਾਹਮਣੇ ਘਰ ਦਾ CCTV ਫੁਟੇਜ ਦੇ ਵਿੱਚ ਦੇਖਿਆ ਸਾਡੇ ਕੋਲ ਇੱਕੋ ਕਲੂ ਸੀ ਸਾਹਮਣੇ ਘਰ ਦਾ ਵਿੱਚ ਪਿੱਲਰ ਆਉਂਦੇ ਸੀ ਇੱਕ ਕਿਉਂਕਿ ਕੰਪਨੀ ਦੇ 50 ਤੋਂ ਵੱਧ CCTV ਉਹ ਬਿਲਕੁਲ ਫੇਲ ਹੋ ਗਏ ਕਿਉਂਕਿ ਕੋਈ ਡਾਟਾ ਕਲਾਊਡ ਦੇ ਵਿੱਚ ਨਹੀਂ ਸੀ ਦੂਜੀ ਗੱਲ ਜਦੋਂ ਇੰਪੋਰਟੈਂਟ ਗੱਲ ਹੈ ਜਦੋਂ ਜਿਹੜੇ ਪੱਤਰਕਾਰ ਸਾਥੀ ਮੈਨੂੰ ਉੱਥੇ ਮਿਲੇ ਸੀ ਤੇ ਮੈਂ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕੀਤੀ ਜਿਹੜੀ ਇੰਪੋਰਟੈਂਟ ਹੈ ਮੈਂ ਤੁਹਾਡੇ ਨਾਲ ਫੇਰ ਉੱਥੇ ਸ਼ੇਅਰ ਕਰਨਾ ਚਾਹੂੰਗਾ ਉਹਦੇ ਵਿੱਚ ਉਹਨੂੰ ਜਿਹੜਾ ਉਸ ਜਗ੍ਹਾ ਦੇ ਵਿੱਚ ਸਹੀ ਚੱਲਦਾ ਮੈਂ ਉਹਨੂੰ ਡਿਟੇਲ ਹਾਂਜੀ ਚੱਲਦਾ ਰੋ ਉਹ ਉਹ ਉਸ ਟਾਈਮ ਦੇ ਵਿੱਚ ਕੰਪਨੀ ਨੇ 11 ਕਰੋੜ ਉਹਦੇ ਹਾਂਜੀ 11 ਕਰੋੜ 70 ਲੱਖ ਰੁਪਿਆ ਉਹਨਾਂ ਨੇ ਸਾਨੂੰ ਕਾਗਜ਼ ਤੇ ਬੈਂਕ ਮੈਨੇਜਰ ਨੇ ਸਾਨੂੰ ਲਿਖ ਕੇ ਦਿੱਤਾ ਉਹ ਹੱਥ ਲਿਖ ਮੇਰੇ ਕੋਲ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਬੜਾ ਇੰਪੋਰਟੈਂਟ ਉਹ ਗੱਲ ਹੈ ਜਿਹੜੀ ਇਸ ਲਈ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਉਹ ਉਹਦੇ ਵਿੱਚ 11 ਕਰੋੜ
6,32,00,000 रुपया शाम तक ये करद्या जो इन्होंने सारा चेक करके सानू फिकर दी कहते जी साड़ी चोरी है जिहड़ी 8,49,00,000 की हुई है। भुलेखे नाल किसी बैंक दे 50,00,000 रुपया लोड कर दिता सी ते 51,00,000 रुपया ओह लोड करन तो बाद ओह जदों वापस मंग रहे सी ओह बैंक वापस नहीं कर रहा सी जिहदा हैगा सी ओह नहीं सी हैगा ਤੁਸੀਂ ਚੈੱਕ ਕਰ ਲਓ ਜੀ 51,00,000 ਰੁਪਇਆ ਦਾ ਸ਼ਾਇਦ ਉਹੀ ਐਡਜਸਟ ਕਰਤਾ ਉਹਦੇ ਵਿੱਚ। ਉਸ ਤੋਂ ਇਲਾਵਾ ਹੁਣ 2-3 ਹੋਰ ਕੁਛ 2,000 ਦੇ ਨੋਟ ਹੈ ਜਿਹੜੇ ਜਦੋਂ ਦੋ ਟੁੱਟੇ ਹੋ ਜਾਂਦੇ ਆ ਬੈਂਕ ਵਾਪਸ ਲੈ ਜਾਂਦਾ, ਦੋ ਤੋਂ ਵੱਧ ਟੁੱਟੇ ਆ ਜਿਹੜੇ 3 ਟੁੱਟੇ ਆ ਜਾਂ ਹੋਰ ਹੈ ਉਹਦੇ ਵਿੱਚ ਉਹਦੇ ਦੱਸਣ ਮੁਤਾਬਕ ਅਸੀਂ ਵੈਰੀਫਿਕੇਸ਼ਨ ਨਹੀਂ ਕੀਤੀ, ਉਹਦੇ ਦੱਸਣ ਮੁਤਾਬਕ ਕਰੀਬ 50,00,000 ਦੇ ਕਰੀਬ ਉਹ ਜਿਹਾ ਅਮਾਊਂਟ ਪਿਆ ਜਿਹੜਾ ਕਿ ਕਹਿੰਦੇ ਸੀ ਬੈਂਕਸ ਨੂੰ ਦਿੱਤਾ ਜਾਵੇ, ਬੈਂਕਸ ਵੱਲੋਂ ਇਹ ਰਿਫਿਊਜ਼ ਕੀਤਾ ਜਾ ਰਿਹਾ ਸੀ ਵੀ 3 ਟੁੱਟਿਆਂ ਵਾਲਾ ਜਾਂ ਜਿਹੜਾ ਮਤਲਬ ਕਿ ਕਚਰਾ ਜਿਹਨੂੰ ਕਚਰਾ ਤਾਂ ਨਹੀਂ ਕਹਿ ਸਕਦੇ ਉਹ ਨੋਟ ਹੈਗਾ ਉਹਦੇ 'ਚ ਕੋਈ ਚੱਲਦੀ ਸੀ। ਉਹ ਮਨਜਿੰਦਰ ਮਣੀ ਦੀ ਜਦੋਂ ਸਸਟੇਨ ਪੁੱਛ ਕੇ ਹੋਈ ਉਹਨੇ ਇਹ ਗੱਲ ਕਹੀ ਵੀ ਉਸ ਗੱਲ ਨੂੰ ਵੀ ਤੁਸੀਂ ਵੈਰੀਫਾਈ ਕਰ ਲਿਓ ਜੇ ਕਿਤੇ ਉਹ ਅਮਾਊਂਟ ਵੀ ਸਾਡੇ ਲਈ, ਅਸੀਂ ਕੋਈ ਸਸਪੀਸ਼ਨ ਰੇਜ਼ ਨਹੀਂ ਕਰ ਰਹੇ ਪਰ ਸਾਡੇ ਲਈ 11,70,00,000 ਤੋਂ ਵੱਧ ਕੇ ਜਿਹੜਾ ਕਿ ਚੋਰੀ ਹੋਇਆ ਹੋਇਆ ਪੈਸਾ 6,32,00,000। ਇੱਕ ਹੋਰ ਇੰਟਰਸਟਿੰਗ ਗੱਲ, ਜਦੋਂ ਪੈਸੇ ਲੈ ਕੇ ਗਏ 3 ਬੈਗ ਦੇ ਵਿੱਚ ਲੈ ਕੇ ਗਏ, ਪਹਿਲੇ ਬੈਗ ਦੇ ਵਿੱਚ 3 ਕਰੋੜ, ਦੂਜੇ ਬੈਗ 'ਚ 3 ਕਰੋੜ, ਤੀਜੇ ਬੈਗ ਦੇ ਵਿੱਚ 5 DBR 33,00,000 ਰੁਪਇਆ ਜਿਹੜਾ ਸਾਨੂੰ ਮਿਲਿਆ 100-100 ਦਾ ਉਹ ਵੀ ਉਹਦੇ ਵਿੱਚ, ਉਸ ਤੋਂ ਇਲਾਵਾ 500-500 ਦੇ ਨੋਟ। ਹੁਣ ਦੋਨੇ ਬੈਗਾਂ 'ਚ 3 ਕਰੋੜ 3 ਕਰੋੜ 6 ਕਰੋੜ, ਜਿਹੜਾ ਚੌਥੇ ਬੈਗ ਦੇ ਵਿੱਚ 5 DBR ਪਲੱਸ ਸ਼ੈਣੀਆਂ ਉਹ ਸਿਸਟਮ ਨਾਲ, ਉਦੋਂ ਇਲਾਵਾ ਜਿਹੜੇ 100-100 ਦਾ 33,00,000 ਰੁਪਇਆ ਵੀ ਉਹਦੇ ਵਿੱਚ, ਉਸ ਤੋਂ ਇਲਾਵਾ 500 ਦੇ ਨੋਟ। ਹੁਣ ਇਹ ਫਿਗਰ ਜਿਹੜੀ ਕੰਪਨੀ ਨੇ ਦੱਸੀ ਹੈ ਤੇ ਜਿਹੜੀ ਇਹ ਫੜੇ ਗਏ ਬੰਦਿਆਂ ਦੀ ਇੰਟਰੋਗੇਸ਼ਨ ਦੇ ਵਿੱਚ ਹੈ, 5 ਕਰੋੜ ਰੁਪਇਆ ਅਸੀਂ ਰਿਕਵਰ ਕਰ ਲਿਆ। ਮਨਦੀਪ ਜਿਹੜੀ ਇਹਦੇ ਵਿੱਚ ਮਨਜਿੰਦਰ ਮਣੀ ਤੇ ਮਨਦੀਪ ਉਹ ਜਿਹੜੀ ਮੁੱਖ ਮੁਲਜ਼ਮ ਹੈ, ਜਿਹੜੀ ਮਨਦੀਪ ਹਜੇ ਸਾਡੇ ਕੋਲੋਂ ਮਿਸਿੰਗ ਹੈ, ਜਿਹੜੀ ਕਿ ਕਾਰ ਸ਼ੈਵਰਲੈਟ ਕਰੂਜ਼ ਜਿਹੜੀ ਕਾਰ ਹੈ ਬਲੈਕ ਕਲਰ ਦੀ, ਉਹ ਕਾਰ ਜਿਹੜੀ ਉਹਦੀ ਹੈ, ਉਸ ਇਹ ਆਪਣੇ ਡੇਲੋ ਏਰੀਆ ਦੀ ਰਹਿਣ ਵਾਲੀ ਹੈ, ਬਰਨਾਲੇ ਮੈਰਿਡ ਹੈ ਜਿਹੜੀ ਇਹਦੇ ਵਿੱਚ ਜਿਹਦੇ ਨਾਲ ਹੋਇਆ ਸੀ। ਉਹ ਲੜਕੀ ਦੇ ਫੜੇ ਜਾਣ ਤੋਂ ਬਾਅਦ ਇਹ ਲੱਗੂਗਾ, ਪਰ ਸਸਪੀਸ਼ਨ ਰੇਜ਼ ਹੋ ਗਿਆ ਕੰਪਨੀ ਵੱਲੋਂ ਅਨਿਸ਼ਨ ਦੱਸਣਾ, ਪਹਿਲਾਂ ਲਾਪਰਵਾਹੀ ਦੇ ਨਾਲ ਕਿ ਜਿਹੜਾ ਵਕਤ ਪਾਤਾ ਪੰਜਾਬ ਪੁਲਿਸ ਨੂੰ, ਜਿਹੜੀ ਕਿ ਇੰਨੇ ਪੈਸੇ ਕਮਿਸ਼ਨ ਲੈ ਰਹੇ ਆ ਉਹ ਲੈ ਰਹੇ ਆ, ਕੈਸ਼ ਨੂੰ ਪ੍ਰੋਪਰ ਸਿਕਿਓਰ ਨਹੀਂ ਰੱਖਿਆ ਗਿਆ। ਉਹ ਸਿਕਿਉਰਿਟੀ ਗਾਰਡਾਂ ਜਿਹਨੂੰ ਡੇ ਟਾਈਮ ਡਿਊਟੀ ਲੈਣ ਤੋਂ ਬਾਅਦ ਰਾਤ ਨੂੰ ਉਹਦੇ ਤੋਂ ਡਿਊਟੀ ਲਈ ਗਈ, ਉਹਦੇ ਇਲਾਵਾ ਫਿਰ ਉਹ ਤੋਂ ਬਾਅਦ ਜਦੋਂ ਕੈਸ਼ ਦਾ ਇਨੀਸ਼ਲ ਦੱਸ ਰਹੇ ਹੈ ਤੇ ਉਸ ਤੋਂ ਬਾਅਦ ਦੱਸਣ ਤੋਂ ਬਾਅਦ ਜਿਹੜਾ ਕੈਸ਼ ਤੇ ਅਮਾਊਂਟ ਦੇ ਵਿੱਚ ਫਰਕ ਨਿਕਲਣਾ, ਇਹ ਜਿਹਨੂੰ ਕਹਿੰਦੇ ਸ਼ੱਕ ਤਾਂ ਇਸ ਗੱਲ ਦੇ ਵਿੱਚ ਪੈਂਦਾ, ਪਰ ਸ਼ੱਕ ਦਾ ਅਸੀਂ ਇੱਕ ਹੱਲ ਇਹਦੇ 'ਚ ਇਹ ਸੋਚਿਆ, ਅਸੀਂ ਸਸਟੇਨ ਸਾਡੇ JCP CT ਸੋਮਿਆ ਮਿਸ਼ਰਾ ਉਹਦੇ ਨਾਲ DCP ਇਨਵੈਸਟੀਗੇਸ਼ਨ, ਉਹਦੇ ਨਾਲ ਆਪਣਾ ਸ਼ੁਭਮ ਜਿਹੜੇ ਅਗਰਵਾਲ ਹੈ ADCP 3 ਤੇ ਨਾਲ ਉਹਦੇ ਵਿੱਚੋਂ ਨੂੰ ਜਿਹੜੇ ਹੈਗੇ ਆ ਆਪਣੇ ਰੁਪਿੰਦਰ ਪੱਟੀ ਜਿਹੜੇ ਆ ਸਾਡੇ ADCP ਹੈੱਡਕੁਆਰਟਰ ਹੈ ਇਹਨਾਂ ਦੀ, ਤੇ ਏ CP ਜਿਹੜਾ ਆਪਣਾ ਉਹ ਹੈਗਾ ਸਾਹਬਾ ਨਗਰ ਮੰਦੀ ਉਹਦੀ ਜਿਹੜੀ 5 ਮੈਂਬਰਾਂ ਦੀ ਇੱਕ ਅਸੀਂ ਟੀਮ ਬਣਾ ਦਿੱਤੀ ਹੈ, ਉਹ ਦੁਆਰਾ ਕੰਪਨੀ ਵਾਲਿਆਂ ਨੂੰ ਇੱਕ ਚਿੱਠੀ ਲਿਖਤੀ ਹੈ, ਆਪਦਾ ਹਿਸਾਬ ਕਿਤਾਬ ਖਾਤਾ ਕਲੀਅਰ ਕਰੋ। ਮੁਕੱਦਮਾ ਹਜੇ 5 ਅਰੈਸਟਾਂ ਹੋਈਆਂ, 5 ਸਾਡੇ ਕੋਲ ਜਿਹੜੇ ਵਾਂਟਡ ਆ ਬੰਦੇ, ਉਹਨਾਂ ਤੋਂ ਅਸੀਂ ਕੈਸ਼ ਰਿਕਵਰ ਕਰ ਲਾਂਗੇ, ਪਰ ਤੁਹਾਡਾ
ਜਿਹੜਾ ਕਿ ਪਾਣੀ ਵਾਂਗੂ ਸਾਫ਼ ਸੁਥਰਾ ਤੇ ਸ਼ਾਇਦ ਕਿਤੇ ਇਹ ਗੱਲ ਅਸੀਂ ਉਹਨਾਂ ਤੱਕ ਕਹਿ ਨਹੀਂ ਸਕਦੇ ਜਿੰਨਾ ਕਿ ਰੈਸਟ ਨਾ ਹੋਵੇ ਪਰ ਕਿਤੇ ਇਹ ਤਾਂ ਨਹੀਂ ਵਗਦੀ ਗੰਗਾ ਦੇ ਵਿੱਚ ਹੱਥ ਧੋਣ ਦੀ ਕੋਸ਼ਿਸ਼ ਕੀਤੀ ਗਈ ਹੈ ਜੇ ਕੀਤੀ ਗਈ ਹੈ ਤਾਂ ਲੁਧਿਆਣਾ ਪੁਲਿਸ ਦਾ ਟਰੈਕ ਰਿਕਾਰਡ ਆ ਹਰ ਕੇਸ ਨੂੰ ਅਸੀਂ ਜਿਹੜੇ 8 ਘੰਟੇ 10 ਘੰਟੇ 16 ਘੰਟੇ ਤੇ ਪੱਤਰਕਾਰ ਵੀ ਪੁੱਛਣਾ ਸ਼ੁਰੂ ਕਰ ਦਿੰਦੇ ਆ ਕਿ ਇੱਥੇ 8 ਘੰਟੇ ਹੋ ਗਏ ਜੀ ਕੇਸ ਟ੍ਰੇਸ ਨਹੀਂ ਹੋਇਆ ਸਭ ਤੋਂ ਜ਼ਿਆਦਾ ਪ੍ਰੈਸ਼ਰ ਤਾਂ ਤੁਸੀਂ ਆ ਨੋ ਡਾਊਟ ਕਿ ਸੀਐਮ ਪੰਜਾਬ ਨੇ ਇਸ ਗੱਲ ਦਾ ਬੁਰਾ ਮੰਨਿਆ ਵਾਰ-ਵਾਰ ਇਹਨੂੰ ਪੁੱਛਦੇ ਨੇ ਕਿ ਕੇਸ ਅਸੀਂ ਉਹਨਾਂ ਨੂੰ ਇਹ ਦਿੱਤਾ ਮੇਰੀ ਟੀਮ ਤੇ ਮੈਨੂੰ ਮਾਣ ਹੈ ਕਾਊਂਟਰ ਇੰਟੈਲੀਜੈਂਸ ਦੀ ਟੀਮ ਸਾਡੇ ਏਆਈ ਦੀ ਕਾਊਂਟਰ ਇੰਟੈਲੀਜੈਂਸ ਬੈਠੇ ਆ ਐਂਡ ਉਹਨਾਂ ਦੇ ਸਾਰੇ ਅਫਸਰ ਅਸੀਂ ਦਿਨ ਰਾਤ ਇੱਕ ਕੀਤਾ ਇਹ ਟੀਮ ਪਿਛਲੇ ਜਦ ਤੋਂ ਕ੍ਰਾਈਮ ਹੋਇਆ ਜੇ 60 ਘੰਟੇ ਚ ਟ੍ਰੇਸ ਹੋਇਆ ਹਿੰਦੁਸਤਾਨ ਦਾ ਜੇ ਤੁਸੀਂ ਕਹਿੰਦੇ ਹੋ ਸਭ ਤੋਂ ਵੱਡੀ ਡਕੈਤੀ ਜਿਹੜੀ ਕੈਸ ਦੀ ਹੋਈ ਹੈ ਤੇ ਸਭ ਤੋਂ ਫਾਸਟੈਸਟ ਰਿਕਵਰੀ ਵੀ ਲੁਧਿਆਣਾ ਕਮਿਸ਼ਨਰ ਦਾ ਮੇਰੀ ਟੀਮ ਦਾ ਕ੍ਰੈਡਿਟ ਹੈ ਇਹ ਸਾਰੇ ਦੇ ਵਿੱਚ ਬਹੁਤ ਖੁਸ਼ੀ ਵਾਲੀ ਗੱਲ ਸਾਂਝੀ ਕਰਨਾ ਚਾਹੂੰਗਾ ਪਿੱਛੇ ਵੀ ਬਹੁਤ ਸਾਰੇ ਕੈਸ਼ ਅਵਾਰਡ ਸਾਨੂੰ ਮਿਲੇ ਆ ਮੈਂ ਡੀਜੀਪੀ ਪੰਜਾਬ ਦਾ ਖਾਸ ਤੌਰ ਤੇ ਧੰਨਵਾਦ ਕਰਦਾ ਇਸ ਕੰਮ ਲਈ ਸਾਡੀ ਟੀਮ ਨੂੰ 10 ਲੱਖ ਰੁਪਏ ਦਾ ਉਹਨਾਂ ਨੇ ਜਿਹੜਾ ਕੈਸ਼ ਅਵਾਰਡ ਆ ਉਸ ਟੀਮ ਨੂੰ ਉਹਨਾਂ ਨੇ ਅਨਾਉਂਸ ਕੀਤਾ ਉਹ ਬਹੁਤ ਜ਼ਿਆਦਾ ਇਸ ਗੱਲ ਤੇ ਖੁਸ਼ ਸੀ ਵੀ ਇੰਨਾ ਜਲਦੀ ਇੰਨਾ ਸਸਟੇਨ ਐਫਰਟ ਦੇ ਵਿੱਚ ਇੰਨੀ ਮਿਹਨਤ ਦੇ ਨਾਲ ਜਿਹੜਾ ਤੁਸੀਂ ਕੰਮ ਕੀਤਾ ਇਹ ਟੀਮ ਨੂੰ ਇਹਦੇ ਵਿੱਚ ਐਜ਼ ਏ ਕਮਿਸ਼ਨਰ ਮੈਂ ਜੇ ਕਹਾਂ ਮੇਰਾ ਰੋਲ ਇਹਦੇ ਤੇ ਬਿਲਕੁਲ ਤੁਸੀਂ ਸਭ ਤੋਂ ਛੋਟਾ ਰੋਲ ਮੇਰਾ ਗਿਣੋ ਮੇਰਾ ਕ੍ਰੈਡਿਟ ਲੁਧਿਆਣਾ ਪੁਲਿਸ ਦੇ ਜਿਹੜੇ ਇੱਥੇ ਬੈਠੇ ਉਹਨਾਂ ਦਾ ਨਹੀਂ ਜਿਹੜਿਆਂ ਨੇ ਰੇਡ ਕੀਤੇ ਆ ਜਿਹੜੇ ਰਾਤਾਂ ਨੂੰ ਜਾਗੇ ਆ ਇਹਦੇ ਚ ਕਲੂ ਜਿਹੜਾ ਮੇਜਰ ਮਿਲਿਆ ਸੀ ਜੀਪੀਐਸ ਸਿਸਟਮ ਲੱਗਿਆ ਹੋਇਆ ਸੀ ਜੀਪੀਐਸ ਸਿਸਟਮ ਦੇ ਨਾਲ ਜਾਂਦਿਆਂ ਜਾਂਦਿਆਂ ਜਦੋਂ ਅਸੀਂ ਜੀਪੀਐਸ ਸਿਸਟਮ ਦੇ ਵਿੱਚ ਪਹਿਲਾਂ ਤੇ ਕੰਪਨੀ ਵੱਲੋਂ ਸਾਨੂੰ ਕੋਈ ਹੱਪਲਾ ਫੜਾਇਆ ਨਹੀਂ ਫਿਰ ਇਹਨਾਂ ਨਾਲ ਤਾਲਮੇਲ ਕੀਤਾ ਜੀਪੀਐਸ ਨਾਲ ਇੱਕ ਰੂਟ ਅਸੀਂ ਫਾਲੋ ਕਰ ਲਿਆ ਰੂਟ ਕਿੱਥੇ ਕਿੱਥੇ ਗਿਆ ਕਿਵੇਂ ਕਿਵੇਂ ਗਿਆ ਉਹ ਰੂਟ ਦੇ ਨਾਲ ਨਾਲ ਕਿਹੜੇ ਵਹੀਕਲ ਆਏ ਵਿੱਚ ਦੇ ਇਸ ਗੱਲ ਦੇ ਵਿੱਚ ਅਸੀਂ ਘੱਟੋ ਘੱਟ ਕਈ ਪੁੱਛ ਰਹੇ ਸੀ ਕਿੰਨੇ ਬੰਦੇ ਇਹਦੇ ਵਿੱਚ 50 ਤੋਂ ਵੱਧ ਬੰਦੇ ਜਿਹੜੇ ਪਾਸਟ ਕ੍ਰਿਮੀਨਲ ਰਿਕਾਰਡ ਦੇ ਆ 25 ਪਿਛਲੇ ਸਾਲ ਕੱਢੇ ਵੇ 8 ਇਸ ਸਾਲ ਕੱਢੇ ਵੇ ਇਸ ਤੋਂ ਇਲਾਵਾ ਕ੍ਰਿਮੀਨਲ ਰਿਕਾਰਡ ਵਾਲੇ ਬੰਦੇ ਜੇਲ੍ਹਾਂ ਦੇ ਵਿੱਚ ਬੈਠੇ ਕ੍ਰਿਮੀਨਲ ਰਿਕਾਰਡ ਦੇ ਬੰਦੇ ਉਹ ਸਾਰਿਆਂ ਨੂੰ ਕੀਤਾ ਪਰ ਲਾਸਟ ਵਿੱਚ ਇਹ ਪਾਇਆ ਗਿਆ ਇਹਨਾਂ ਦਾ ਕੋਈ ਖਾਸ ਕ੍ਰਿਮੀਨਲ ਰਿਕਾਰਡ ਨਹੀਂ ਇੱਕ ਡਾਕੂ ਸੁੰਦਰੀ ਜਿਹਦਾ ਨਾਮ ਮਨਦੀਪ ਮਣੀ ਤੇ ਇਹ ਵੀ ਇਤਫਾਕ ਹੀ ਸਮਝੋ ਇਹਦੇ ਵਿੱਚ ਕਮਿਸ਼ਨਰ ਮਨਦੀਪ ਉਹ ਮਨਦੀਪ ਏਸੀਪੀ ਸਾਡਾ ਮਨਦੀਪ ਤੇ ਇੱਕ ਹੋਰ ਜਿਹੜਾ ਬੰਦਾ ਫੜਿਆ ਹੋਇਆ ਉਹ ਮਨਦੀਪ ਤੇ ਮੈਂ ਕਿਹਾ ਜੇ ਤਿੰਨ ਮਨਦੀਪ ਦੋ ਮਨਦੀਪ ਕੰਮ ਕਰਨ ਵਾਲੇ ਆ ਤੇ ਦੋ ਮਨਦੀਪ ਅੱਗੇ ਫੜਨ ਵਾਲੇ ਆ ਤੇ ਫਿਰ ਫੜੇ ਜਾਣਗੇ ਅਲਟੀਮੇਟਲੀ ਇਹ ਕੇਸ ਸਾਡਾ ਇਹ ਟ੍ਰੇਸ ਹੋ ਗਿਆ ਤੇ ਇਸੇ ਢੰਗ ਨਾਲ ਹੀ ਇੱਕ ਵਾਰੀ ਤੁਹਾਡੇ ਜਰੀਏ ਕਨਵੇ ਕਰਨਾ ਚਾਹੁੰਦਾ ਜੇ ਲੁਧਿਆਣੇ ਕੋਈ ਕ੍ਰਾਈਮ ਕਰੋਗੇ ਜਿਵੇਂ ਮੈਂ ਹਮੇਸ਼ਾ ਕਿਹਾ ਕਰਦਾ ਸਾਡੀ ਨਿਗਾਹ ਤੁਹਾਡੇ ਤੇ ਆ ਦੇਰ ਹੋ ਸਕਦੀ ਹੈ ਘੰਟੇ ਪ੍ਰੈਸ ਵਾਲੇ ਜ਼ਿਆਦਾ ਪ੍ਰੈਸ਼ਰ ਨਾ ਪਾਇਆ ਕਰੋ 8 ਘੰਟੇ ਹੋ ਗਏ ਸਰ ਹਜੇ ਤੱਕ ਲੱਭਿਆ ਨਹੀਂ 8 ਘੰਟੇ 10 ਘੰਟੇ 12 ਘੰਟੇ ਹੋ ਸਕਦੇ ਆ ਪਰ ਐਤਕੀ ਸਾਡਾ ਜੀ ਜਾਨ ਤੇ ਲਾਇਆ 7 ਘੰਟਿਆਂ ਦੇ ਵਿੱਚ ਇਹ ਸਾਰਾ ਕੇਸ ਟ੍ਰੇਸ ਕਰਨ ਦੇ ਵਿੱਚ ਸਾਡੀ ਟੀਮ ਨੂੰ ਕੋਈ ਕ੍ਰਿਮੀਨਲ ਰਿਕਾਰਡ ਹੈਗਾ ਪਿਛਲਾ ਨਹੀਂ ਮਨਦੀਪ ਕੌਰ ਨੇ ਇੱਕ ਕਿਸੇ ਤੇ ਰੇਪ ਦਾ ਪਰਚਾ ਦਰਜ ਕਰਾਇਆ ਹੋਇਆ ਇਹਨਾਂ ਦਾ ਸਾਰਿਆਂ ਦਾ ਫਿਲਹਾਲ ਕਿਸੇ ਦਾ ਵੀ ਕ੍ਰਿਮੀਨਲ ਪਾਸਟ ਰਿਕਾਰਡ ਹੈ ਜਿਹੜਾ ਉਹਦੇ ਚ ਨਹੀਂ ਹੋਇਆ ਇਹਦੇ ਵਿੱਚ ਇੱਕ ਹੁਣੇ ਸਾਡੀ ਡਿਟੇਲ ਆਈ ਹੈ 6ਵਾਂ ਅਕਿਊਜ਼ ਤੇ ਇੱਕ ਹੋਰ ਉਹਦਾ ਨਾਮ ਅਸੀਂ ਕਰਾਂਗੇ ਉਹ ਸਾਡੀਆਂ ਟੀਮਾਂ ਤੁਹਾਨੂੰ ਮੈਂ ਦੱਸਿਆ ਵੀ ਇੱਥੇ ਅਸੀਂ ਅਫਸਰ ਬੈਠੇ ਆ ਜਿਹੜੇ ਲੀਡ ਕਰ ਰਹੇ ਸੀ ਇਹਦੇ ਵਿੱਚ ਰਾਤ ਜਾਗ ਰਹੇ ਸੀ ਮੈਜੋਰਟੀ ਅਫਸਰ ਹੈ ਇਹਨਾਂ ਦੇ ਵਿੱਚੋਂ ਮੇਰਾ ਐਜ਼ ਏ ਕਮਿਸ਼ਨਰ ਕੰਮ ਸੀ ਵੀ ਨਾ ਆਪ ਸੌਵਾਂ ਤੇ ਨਾ ਇਹਨਾਂ ਨੂੰ ਸੌਣ ਦੇਵਾਂ ਮੈਨੂੰ ਲੱਗਦਾ 18 ਤੋਂ 20-20 ਘੰਟੇ ਅਸੀਂ ਇਹਨਾਂ ਤੋਂ ਕੰਮ ਕਰਾਇਆ ਤੇ ਇਹ ਅਫਸਰ ਹੁਣ ਕਹਿੰਦੇ ਆ ਜੀ ਇੰਨੀ ਮਿਹਨਤ ਕੀਤੀ ਹੈ ਕੋਈ ਛੁੱਟੀ ਚਾਹੀਦੀ ਹੈ ਸਾਨੂੰ ਤੇ ਵਾਰੀ ਵਾਰੀ ਕਰਕੇ ਛੁੱਟੀ ਭੇਜ ਦਾਂਗੇ ਕਿਉਂਕਿ ਕ੍ਰਿਮੀਨਲ ਐਡਮ ਤੇ ਇਨ ਤੋਂ ਟਾਈਮ ਤੋਂ ਕ੍ਰਾਈਮ ਹੋ ਰਿਹਾ ਕ੍ਰਾਈਮ ਜਿਹੜਾ ਹੁੰਦਾ ਰੋ ਹੁੰਦਾ ਪਰ ਗੱਲ ਇਹ ਹੈ ਕ੍ਰਾਈਮ ਹੋਣ ਤੋਂ ਬਾਅਦ ਪੁਲਿਸ ਕਿਸ ਨੀਤੀ ਦੇ ਨਾਲ ਕੰਮ ਕਰਦੀ ਹੈ ਉਸ ਲੈਵਲ ਤੇ ਅਸੀਂ ਉਸੇ ਨੀਤੀ ਦੇ ਨਾਲ ਜੇ ਕ੍ਰਾਈਮ ਕਰੋਗੇ ਅਸੀਂ ਜੀ ਜਾਨ ਲਾ ਦਾਂਗੇ ਇਹਦੇ ਵਿੱਚ ਕੁਝ ਕੁ ਗੱਲਾਂ ਹਜੇ ਕਿਉਂਕਿ ਲੇਡੀ ਦਾ ਤੁਹਾਨੂੰ ਮੈਂ ਦੁਬਾਰਾ ਇੱਕ ਵਾਰੀ ਫੋਟੋ ਸ਼ੇਅਰ ਕਰਨਾ ਚਾਹੁੰਦਾ ਨਹੀਂ ਆਪਦੇ ਹਸਬੈਂਡ ਨਾਲ ਰਹਿੰਦੀ ਆ ਬਰਨਾਲਾ ਮੈਰਿਡ ਹੈ ਇਹਦੇ ਵਿੱਚੋਂ ਜਿਹੜੀ ਉਹਦੀ ਉਹਨੂੰ ਜਿਹੜਾ ਹੈਗਾ ਇਹਦੀ ਉਹਦੇ ਬਰਨਾਲਾ ਇਹ ਮੈਰਿਡ ਆ ਉਹਦੇ ਹਸਬੈਂਡ ਦੇ ਨਾਲ ਰਹਿੰਦੀ ਆ ਤੇ ਕਿਸੇ ਬੰਦੇ ਨੇ ਆਮ ਨਾਰਮਲ ਹੀ ਹੁੰਦਾ ਵੀ
मोबाइल फोन तो ट्रेस कर लिया। साड़ी ह्यूमन इंटेलिजेंस है, साड़ी काउंटर इंटेलिजेंस है, साड़ी स्टेट इंटेलिजेंस है, डीजी इंटेलिजेंस डी स्पेशल डीजी जेडे अपने हैगे काउंटर इंटेलिजेंस डीजी पंजाब इन्हां सारयां दी सानू सपोर्ट सी। साडे फुट सोल्जर तुसीं इह हैरान होवोगे उस रूट दे विच किन्ने वारी, मेरी गल नूं छड्डो मैं किन्ने वारी तीन वारी गया जां चार वारी गया, किन्ने साडे उस रूट तों थोड़े नेड़ दे पिंड दे रूटां तों पैदल चल चल के साडे अफसरां ने मोटरसाइकलां ते बैठ के सिविल अफसर ने ओह कर लिया। इन्हां ने कैश जिहड़ा सब तों ज्यादा ले जा के पहला इन्हां ने आपदे तौर ते मोटे तौर ते कहा सी एक वारी छापल जो जिन्ना मोटे तौर ते वंडिया गया वंड लो। पहला इन्हां ने लुकाउण दी कोशिश कीती, एक थां ते लुकोता, फिर उस तों बाद इन्हां नूं लग्गिया वी फिर आपदे विचों वारी वारी करके कुछ पहला वंडता सीगा कुछ करता सी, कुछ पिक्चर जिहड़े क्रिमिनल मिसलीड करन दी कोशिश वी करदे आ, कहाणे वी करदे आ वी मेरा इहनूं इन्ना फड़ाता जी मेरे इहनूं फड़ाता, पर जदों दसे मुलजम काबू हो जांगे पिक्चर साफ हो जूगी। 5 करोड़ इत्थे आ गया, छेवां अक्यूज असीं फड़ लिया तुहाडे, देखो पिछले 15 मिनटां दे विच ही तुहानूं इह दस्सदा वी छेवां अक्यूज फड़ लिया, बाकी जिथे मर्जी भज लैण LOC जारी करा जिहड़ी उह दोवें लड़की ते उहदा हसबंड वी उहदा जिहड़ा हैगा उह इहदे विच इनवॉल्वड है, लड़की ते हसबंड दोनां नूं असीं उहदियां जिहड़ियां उहदी LOC जारी जिहड़ियां करतीआं ते उह असीं उहनां नूं फड़ लैंगे। तुहाडा कोई सवाल है भाई? मनजिंदर मनदीप कैश लोड करता सी, आपसी दोस्ती होगी फ्रेंडशिप दे विचों करदे करदे आ अगे इस गल नूं इह इक गैंग बना लिया। पहला फिर इहने कहा वी 5 बंदे मैं लैके आउणा, 5 तूं लैके आई, असीं कार ते आवांगे, तुसीं मोटरसाइकिल ते आवांगे, ते फिर उहदे विच आ के फिर इह कार ड्रॉप करके लसां नूं ते मोटरसाइकिल वापस चले गए। फिर इह एंटर होए, एंटर होण तों बाद इक जिहड़ी वैन चला के लैके गया उह मनजिंदर मणि ने चलाई आ वैन। आ सानूं इह सी ना फ्लिकर किहने ऑन करता जिन्ना चिर ਜਿਹੜਾ ਕਿ ਫਲਿੱਕਰ ਜਿਹੜਾ ਔਨ ਕਰਦੇ ਜਾਂਦਾ ਇਹਦੀ ਸੁੱਚ ਵੱਖਰੇ ਤੌਰ ਤੇ ਲੱਗੀ ਹੋਈ ਹੈ। ਸਾਡਾ ਸਸਪੀਸ਼ਨ ਸੀ ਕੰਪਨੀ ਤੇ ਵਾਰ ਵਾਰ ਉਦੋਂ ਦੇ ਰੈਗੂਲਰ 2 ਅਫਸਰ ਸਾਡੇ ਕੰਪਨੀ ਦੇ ਵਿੱਚ ਦਿਨੇ ਤੇ ਰਾਤ ਇਹਨਾਂ ਦੇ ਬੰਦਿਆਂ ਨਾਲ 125 ਬੰਦੇ ਦਾ ਫੁੱਟਬਾਲ ਹੈ ਉਹਦੇ ਵਿੱਚ ਬੈਠ ਰਹੇ ਸੀ, ਉਹਦੇ ਵਿੱਚ ਰਾਤ ਵੀ ਰਹਿ ਰਹੇ ਸੀ, ਇਹਨਾਂ ਨਾਲ ਗੱਲਬਾਤ ਕਰ ਰਹੇ ਸੀ ਵੀ ਜਿਹੜਾ ਕਿ ਇਹਨਾਂ ਨੂੰ ਸਾਨੂੰ ਪਤਾ ਲੱਗ ਜਾਏ ਵੀ ਜਿਹੜਾ ਜਿਹੜੇ ਫਲਿੱਕਰ ਦੀ ਲਾਈਟ ਆ ਜਗਾਉਣੀ ਉਹ ਜਾਣਕਾਰ ਤੋਂ ਬਿਨਾਂ ਜਿਹਨੇ ਵੈਨ ਨਾਲ ਚਲਾਈ ਹੋਵੇ ਉਹ ਨਹੀਂ ਹੁੰਦਾ, ਤੇ ਸਾਡਾ ਸ਼ੱਕ ਜਿਹੜੀ ਲੰਕਾ ਹਮੇਸ਼ਾ ਘਰ ਦਾ ਭੇਤੀ ਢਾਉਂਦਾ ਸਾਡਾ ਸ਼ੱਕ ਬਿਲਕੁਲ ਸਹੀ ਨਿਕਲਿਆ ਵੀ ਇਹ ਵੀ ਜਿਹੜਾ ਕ੍ਰਾਈਮ ਹੈ ਜਿਹੜਾ ਮਨਜਿੰਦਰ ਮਣੀ ਤੋਂ ਸ਼ੁਰੂ ਹੋਇਆ ਤੇ ਉਹ ਕਰ ਲਿਆ। ਤੇ ਸਰ ਜਿਹਨਾਂ ਨੇ ਇਹ ਸਾਰੀ ਡਕੈਤੀ ਨੂੰ ਅੰਜਾਮ ਦਿੱਤਾ ਜਿਵੇਂ ਤੇ ਨਵੇਂ ਸਿਵਲ ਸਰ ਗਲਤੀਆਂ ਬਹੁਤ ਕੀਤੀਆਂ ਹੋਣਗੀਆਂ, ਦੇਖੋ ਇਹੀ ਤਾਂ ਅਸੀਂ ਰਿਮਾਂਡ ਕਰਦੇ ਲਈ ਮੰਗਦੇ ਹੁੰਦੇ ਹਾਂ, ਉਹ ਇਹ ਗਲਤੀਆਂ ਲੱਭਣ ਲਈ ਰਿਮਾਂਡ ਕਰਦੇ ਹੁੰਦੇ ਆ, ਕ੍ਰਿਮੀਨਲ ਆਪਣੀ ਗੱਲ ਪਾਉਂਦਾ ਹੁੰਦਾ ਅਸੀਂ ਰਿਮਾਂਡ ਲਵਾਂਗੇ ਤੇ ਉਹਦੇ ਮੁਤਾਬਕ ਅੱਗੇ ਹੋਵੇ। रोजी रोटी मतलब करते हैं पर इन्हों एक सुपना दिखा पर तेज बहुत सी पौड़ी आपकी फ्लैक्सीबल पौड़ी तो शायद ਲਿਆਉਂਦੀ ਨਹੀਂ ਜਿਹੜੀ ਉਹ ਇਕੱਠੀ ਹੋ ਜਾਂਦੀ ਹੈ, ਪੌੜੀ ਕਿੱਥੋਂ ਲਈ, ਬੈਗ ਕਿੱਥੋਂ ਲਏ, ਜਿਹੜਾ ਸਮਾਨ ਤੋੜਨ ਲਈ ਕਟਰ ਕਿੱਥੋਂ ਲਿਆ। ਪਰ ਇਨਸਾਈਡ ਮਨਜਿੰਦਰ ਮਣੀ ਵੱਲੋਂ ਉਹਨੇ ਕਹਿ ਦਿੱਤਾ ਸੀ ਇਹ ਤਾਂ ਰਾਤ ਦੀ ਗੱਲ ਕੀ ਹੈ ਜਦੋਂ ਪਲੈਨ ਕਰ ਰਹੇ ਸੀ, ਇਹ ਕਹਿੰਦਾ ਜੀ ਜਦੋਂ ਸਾਡੀ ਕੈਸ਼ਵੈਲ ਚਲੀ ਜਾਂਦੀ ਹੈ ਦਿਨੇ ਵੀ ਆ ਜਾਓ, ਜੇ ਦਿਨੇ ਵੀ ਕੰਮ ਕਰਾ ਦਾਂਗੇ, ਫਿਰ ਡਰਦੇ ਸੀ ਵੀ ਦਿਨੇ ਕਿਤੇ ਆਸੇ ਪਾਸੇ ਦੇਖ ਨਾ ਲਵੇ, ਉਹਨੇ ਕਿਹਾ ਵੀ ਰਾਤ ਤਾਂ ਫਿਰ ਆਰਾਮ ਨਾਲ ਆ ਜਾਵਾਂਗੇ, ਆਰਾਮ ਨਾਲ ਆਏ ਤੇ ਆਰਾਮ ਨਾਲ ਵਾਰਦਾਤ ਕਰਕੇ ਚਲੇ ਗਏ।